जिहवा एक कवन गुन कहिए बेशुमार बेअंत स्वामी त्रुअंत न किन्ही लहिया कोट पराध हमारे खंड हो अनक विधि समझाव हो हम अज्ञान अलप मत थोरी तुम अपन बृद रखाव हो तुमरी शरण तुम्हारी आसा तुम ही सजन सुहेली राखो राख निहार दयाला नानक करके बोले वाहिगुरु जी। हर जेठ जुड़ंदा लोड़िया जिस अगे सब निवन हर सज्जन दावण लगिया किसे न दे बन हर जेठ जुड़ंदा लोड़िया जिस अगे सब निवन हर सज्जन दावण लगिया किसे न दे मन माणिक मोती नाम प्रभ उन लगे नाही सन रंग सबे नारायण जेते मन पवन जो हर लोड़े सो करे सुई जी करन जो प्रभ कीते अपने से कहिए तन अपन ले आज मिले विछड़ क्यों रोवन साधु संग प्राप्ते नानक रंग मानन हर जेठ रंगीला तिस्तनी जिसके भाग मथन हर जेठ रंगीला तिस्तनी जिसके भाग मथन वाहिगुरु जी का खालसा वाहिगुरु जी की फतेह। जुग जुग अटल चवर शतर तख दे मालिक राजा न राज पाना न पान देवा न देव उपमा महान सतगुरु साहिब श्री गुरु ग्रंथ साहिब जी महाराज जी दी पावन पवित्र चरण शरण दे अंदर जुड़ बैठे गुरसिख प्यार वाले विणभागी हो जो कि सतगुरों के दर ते अमृत वेले जुड़ बैठ करके हर जस पढ़न ते हर जस सरवण करन दा सुभागा समा प्राप्त कर रहे हो तो गुरुदेव पातशाह बचन करदे ने अमृत वेला सच नाम वडियाई विचार अमृत वेला वो सुभागा समा है जिस दे विच प्रभु परमात्मा नू पढ़िया जांदा विचारिया जांदा ते विचारन दे नाल परमात्मा दे नाल जुड़न दी एक आस जीवन दे विच पैदा हुंदी है। देसी महीनियां दे अंदर अज जेठ दे महीने दी प्रारंभता हुई है ते गुरदेव पातशाह इस महीने दे अंदर सानू की समझाउणा करदे ने उन्हां वचनां नू विचारन तो पहला सतगुरां दे चरणा कमलां च हाजरी लवाउंदियां होईयां गुरफते प्रवान करना करो जी। वाहिगुरु जी का खालसा वाहिगुरु जी की फतेह। पिछले महीने दे अंदर गुरुदेव पातशाह ने समझाउणा कीता सी कि वैसाख सुहावां तां लगै जां संत भेटै हर सोए कि वैसाख दा महीना साडे लई तां शोभनीक बनदा है जेकर असीं गुरु वाले बनदे हाँ तां। वैसाखी दे दिहाड़े दे अंदर वैसाख दे महीने दे अंदर जे असीं गुरु वाले बनदे हाँ ते तां साडे लई ओ महीना शोभनीक बनदा है। गुरु वाले बन तो भाव है खंडे बाटे दा अमृत छकणा।
ਜੇਕਰ ਅਸੀਂ ਗੁਰੂ ਵਾਲੇ ਬਣਦੇ ਹਾਂ ਤਾਂ ਸਾਡੇ ਵਾਸਤੇ ਉਹ ਸ਼ੋਭਨੀਕ ਦਿਹਾੜਾ ਹੈ। ਅਤੇ ਗੁਰਦੇਵ ਪਾਤਸ਼ਾਹ ਕਹਿਣ ਲੱਗੇ ਕਿ ਹੁਣ ਜੇਕਰ ਗੁਰੂ ਵਾਲੇ ਬਣ ਗਏ ਹਾਂ, ਗੁਰੂ ਦੀ ਮਤ ਜੀਵਨ ਦੇ ਅੰਦਰ ਲੈ ਲਈ ਹੈ, ਅਤੇ ਫਿਰ ਅਸੀਂ ਕਰਨਾ ਕੀ ਹੈ? ਗੁਰੂ ਵਾਲੇ ਬਣ ਕੇ, ਗੁਰੂ ਦੀ ਮਤ ਲੈ ਲਈ ਹੈ ਅਤੇ ਗੁਰੂ ਵਾਲੇ ਬਣ ਕੇ ਅਸੀਂ ਕਰਨਾ ਕੀ ਹੈ ਜੀਵਨ ਦੇ ਵਿੱਚ? ਅਤੇ ਮੇਰੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸਮਝਾਉਣਾ ਕਰਨ ਲੱਗੇ, ਹਰ ਜੇਠ ਜੁੜਨ ਦਾ ਲੋੜੀਐ, ਜਿਸ ਅੱਗੇ ਸਭ ਨਿਵੰਨ। ਮੇਰੇ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਹਰ ਜੇਠ ਜੁੜਨ ਦਾ ਲੋੜੀਐ। ਹਰ ਤੋਂ ਭਾਵ ਹੈ ਪ੍ਰਭੂ ਪਰਮਾਤਮਾ, ਜੇਠ ਤੋਂ ਭਾਵ ਹੈ ਵੱਡਾ। ਘਰ ਦੇ ਅੰਦਰ ਜੇਕਰ ਕੋਈ ਬਾਲਕ ਜਨਮਦਾ ਹੈ ਨਾ, ਪਹਿਲਾ ਬਾਲਕ ਜਨਮਦਾ ਹੈ, ਜੇਠਾ ਪੁੱਤ ਹੈ ਜਾਂ ਜੇਠੀ ਧੀ ਹੈ, ਕਿਉਂਕਿ ਵੱਡੀ ਹੈ ਨਾ। ਅਤੇ ਜਦੋਂ ਇਹ ਵੱਡੇ ਦੀ ਗੱਲ ਆਉਂਦੀ ਹੈ ਤਾਂ ਸੱਚੇ ਪਾਤਸ਼ਾਹ ਨੇ ਸਾਹਿਬਾਂ ਨੇ ਕਹਿ ਦੇਣਾ ਕੀਤਾ, ਹਰ ਜੇਠ ਜੁੜਨ ਦਾ ਲੋੜੀ ਹੈ। ਅਰੇ ਹਰੀ ਪ੍ਰਭੂ ਪਰਮਾਤਮਾ ਜਿਹੜਾ ਸਾਰਿਆਂ ਦਾ ਵੱਡਾ ਜੇਠ ਹੈ, ਜਿਹੜਾ ਸਾਰਿਆਂ ਦਾ ਵੱਡਾ ਮਾਲਕ ਹੈ, ਉਸ ਮਾਲਕ ਦੇ ਨਾਲ ਜੁੜਨਾ, ਹਰ ਜੇਠ ਜੁੜਨ ਦਾ ਲੋੜੀ ਹੈ, ਜਿਸ ਅੱਗੇ ਸਭ ਨਿਵੰਨ। ਕਹਿੰਦੇ ਉਸ ਪਰਿਪੂਰਨ ਪ੍ਰਭੂ ਪਰਮਾਤਮਾ ਨਾਲ ਜੁੜਨਾ ਹੈ ਜਿਹਦੇ ਅੱਗੇ ਪੂਰੀ ਕਾਇਨਾਤ ਝੁਕਦੀ ਹੋਵੇ, ਉਸ ਪਰਮਾਤਮਾ ਨਾਲ ਜੁੜਨਾ ਆ ਜਿਹਦੇ ਨਾਲ ਸਾਰੇ ਜੁੜਦੇ ਹੋਣ, ਜਿਹਦੇ ਅੱਗੇ ਸਾਰੇ ਵੱਡੇ ਤੋਂ ਵੱਡੇ ਬਾਦਸ਼ਾਹ ਤੱਕ ਉਹਦੇ ਅੱਗੇ ਨਿਉਂਦੇ ਹੋਣ, ਉਹਦੇ ਨਾਲ ਜੁੜਨਾ ਹੈ। ਹੁਣ ਵੇਖੋ ਕਿਹਦੇ ਅੱਗੇ ਨਿਉਂਦੇ ਆ, ਪਰਮਾਤਮਾ ਦੇ ਅੱਗੇ ਜਾਂ ਗੁਰਬਾਣੀ ਦੇ ਅੱਗੇ? ਬਾਦਸ਼ਾਹ ਅਕਬਰ ਵਰਗੇ, ਬਾਦਸ਼ਾਹ ਜਹਾਂਗੀਰ ਵਰਗੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੱਗੇ ਵੱਡੇ ਵੱਡੇ ਪੀਰ ਪੈਗੰਬਰ ਔਲੀਏ ਝੁਕੇ, ਅਸੀਂ ਉਸ ਦੇ ਨਾਲ ਜੁੜਨਾ ਹੈ ਜਿਹਦੇ ਅੱਗੇ ਸਾਰੀ ਕਾਇਨਾਤ ਆਣ ਕੇ ਝੁਕਦੀ ਹੈ। ਹਰ ਜੇਠ ਜੁੜਨ ਦਾ ਲੋੜੀ ਹੈ, ਜਿਸ ਅੱਗੇ ਸਭ ਨਿਵੰਨ। ਅਗਲੀ ਗੱਲ ਕਹਿਣ ਲੱਗੇ, ਹਰ ਸੱਜਣ ਦਾਵਣ ਲੱਗਿਆ, ਕਿਸੇ ਨਾ ਦੇਈ ਬੰਨ। ਸਾਹਿਬ ਦੂਸਰੀ ਗੱਲ ਕਹਿਣ ਲੱਗੇ, ਜਿਸ ਦਿਨ ਅਸੀਂ ਆਪਣੀ ਧੀ ਤੋਰਨੀ ਹੋਵੇ ਨਾ, ਉਸ ਦਿਨ ਕੋਈ ਹੋਰ ਸਹਾਰਾ ਨਹੀਂ ਹੁੰਦਾ, ਸਿਰਫ ਘਰ ਵਾਲੇ ਦੇ ਪੱਲੇ ਬੰਨ੍ਹ ਦਿੰਦੇ ਆ, ਮਾਂ ਪਿਓ ਘਰ ਵਾਲੇ ਦੇ ਪੱਲੇ ਬੰਨ੍ਹ ਦਿੰਦੇ ਆ ਵੀ ਜਾ ਧੀਏ, ਅੱਜ ਤੋਂ ਬਾਅਦ ਇਹੀ ਤੇਰਾ ਸਹਾਰਾ ਹੈ। ਕਹਿਣ ਲੱਗੇ ਬਸ ਉਸੇ ਤਰੀਕੇ ਦੇ ਨਾਲ ਜਿਸ ਦਿਨ ਸਾਡੀ ਮੌਤ ਹੋਣੀ ਨਾ, ਅਤੇ ਸਾਡੇ ਅਸੀਂ ਉਹਦੇ ਪਰਮਾਤਮਾ ਦੇ ਪੱਲੇ ਵੱਜਣ, ਅਤੇ ਜਦੋਂ ਪੱਲੇ ਵੱਜਾਂਗੇ ਨਾ, ਉਦੋਂ ਹੋਰ ਕੋਈ ਸਹਾਰਾ ਨਹੀਂ ਹੋਣਾ, ਹੋਰ ਕਿਸੇ ਨੇ ਬਾਂਹ ਨਹੀਂ ਫੜਨੀ, ਬਸ ਇੱਕ ਪਰਮਾਤਮਾ ਨੇ ਹੀ ਸਹਾਰਾ ਹੋਣਾ ਆ। ਅਤੇ ਜਦੋਂ ਪਰਮਾਤਮਾ ਨੇ ਸਹਾਰਾ ਹੋਣਾ ਆ, ਅਤੇ ਫਿਰ ਸਾਡੇ ਪੱਲੇ ਕੀ ਹੋਣਾ ਚਾਹੀਦਾ? ਹੁਣ ਜੇ ਤਾਂ ਦੁਨੀਆਦਾਰੀ ਤੌਰ ਦੇ ਉੱਤੇ ਕੋਈ ਚਾਰ ਛਿੱਲੜ ਕੋਈ ਦਹੇਜ ਦੇ ਦੇਵੇਗਾ, ਲੇਕਿਨ ਪਰਮਾਤਮਾ ਦੇ ਦਰ ਦੇ ਉੱਤੇ ਜਾਣਾ ਆ, ਅਤੇ ਉਹਦੇ ਦਰ ਦੇ ਉੱਤੇ ਕਿਹੜੇ ਛਿੱਲੜ ਲੈ ਕੇ ਜਾਵਾਂਗੇ, ਕਿਹੜੇ ਪੈਸੇ ਧਨ ਜਾਇਦਾਦ ਜਾਂ ਕਿਹੜਾ ਦਾਜ ਦਹੇਜ ਲੈ ਕੇ ਜਾਵਾਂਗੇ? ਹਰ ਸੱਜਣ ਦਾਵਣ ਲੱਗੇ ਆ, ਕਿਸੇ ਨਾ ਦੇਈ ਬੰਨ, ਕਿਸੇ ਨੇ ਬਾਂਹ ਨਹੀਂ ਫੜਨੀ। ਜਦੋਂ ਪਰਮਾਤਮਾ ਦੇ ਦਰ ਦੇ ਉੱਤੇ ਅਸੀਂ ਮਰ ਕੇ ਜਾਣਾ ਆ, ਉਦੋਂ ਕਿਸੇ ਨੇ ਬਾਂਹ ਨਹੀਂ ਫੜਨੀ ਕਿ ਕੋਈ ਸਹਾਰਾ ਬਣੂਗਾ। ਜਿਹੜੇ ਅਸੀਂ ਚਾਰ ਭਰਾ ਜਿਹੜੇ ਆ, ਉਹਨਾਂ ਨੇ ਚੁੱਕ ਕੇ ਸ਼ਮਸ਼ਾਨ ਘਾਟ ਲੈ ਜਾਣਾ, ਜਿਹੜੇ ਸਾਡੇ ਪੁੱਤਰ ਆ ਉਹਨੇ ਸਾਨੂੰ ਅਗਨੀ ਦਾਹ ਭੇਟ ਕਰ ਦੇਣਾ, ਕਿਸੇ ਨੇ ਸਾਡਾ ਸਹਾਰਾ ਨਹੀਂ ਬਣਨਾ। ਸਹਾਰਾ ਕਿਸਨੇ ਬਣਨਾ? ਮਾਣਕ ਮੋਤੀ ਨਾਮ ਪ੍ਰਭ ਉਹਨ ਲੱਗੈ ਨਾਹੀਂ ਸੰਨ। ਸਹਾਰਾ ਕਿਹਨੇ ਬਣਨਾ? ਮਾਣਕ ਮੋਤੀ ਨਾਮ ਪ੍ਰਭ, ਪਰਮਾਤਮਾ ਦੇ ਜਿਹੜੇ ਜਪਿਆ ਹੋਇਆ ਨਾਮ, ਪੜ੍ਹੀ ਹੋਈ ਬਾਣੀ, ਕੀਤਾ ਹੋਇਆ ਸਿਮਰਨ, ਇਹ ਹੀਰੇ ਜਵਾਹਰਾਤ ਨੇ, ਉਹ ਸਾਡੇ ਪੱਲੇ ਨੇ। ਵਿੱਚ ਦੁਨੀਆ ਸੇਵਕ ਕਮਾਈ ਹੈ ਤਾਂ ਦਰਗਾਹ ਬੈਸਣ ਪਾਈ ਹੈ। ਸਾਡੇ ਨਾਲ ਜਿਹੜੀ ਚੀਜ਼ ਸਹਾਇਕ ਹੋਣੀ ਹੈ ਉਹ ਕੇਵਲ ਅਤੇ ਕੇਵਲ ਪ੍ਰਭੂ ਪਰਮਾਤਮਾ ਦਾ ਨਾਮ, ਪਰਮਾਤਮਾ ਦਾ ਸਿਮਰਨ,
जिन्ना असी सिमरन किया होगा, जिनी असी बाणी पढ़ी होगी, जिनी असी भजन बंदगी कीती होगी, जिनिया घड़िया असी गुरु दर दे उत्ते बतीत कीतियां होणगियां, वह परमात्मा ने साडे लेखे दे विच लिख लैणियां। माणक मोती नाम प्रभ, दुनियादारी नू माणक मोती, कोई हीरे मुल खरीद लवेगा, कोई जवाहरात मुल खरीद लवेगा, लेकिन नाम मुल नहीं खरीदया जाना। बेशक असी नाम जपण जां जपाउण वास्ते अज तरीके होर लभ लए ने, असी गुरु पातशाह ते आखदे सन के आप बाणी पढ़ो, आप जपो, अवरा नाम जपाओ, लेकिन असी उसका रूप रेखा बदल लई है। असी अखंड पाठ ने लड़िया चला लिया, तो पैसे दे के पाठ करवाने शुरू कर ले। गुरु पातशाह ने आखे आप सहज पाठ करो, आप बाणी पढ़ो, लेकिन वो आप पढ़ दें तो हो सकता कि साढ़े जीवन दे कोई ना कोई कणी वासी जाते। कई बार साढ़े मन के अंदर सवाल आ जाता है किस बाणी क्यों पढ़नी चाहिए है। कई बार ख्याल आता है ना, बाणी क्यों पढ़नी चाहिए, वाहगुरू वाहगुरू क्यों करना चाहिए। धन गुरु हर राय जी महाराज जी के दर के उत्ते कीरतपुर की धरती के उत्ते गुरसिखा ने सवाल किया, कहन लगे तुसीं सच्चे पातशाह रोज आखदे हो कि नितनेम बाणी पढ़नी चाहिए है, रोज नितनेम करना चाहिए है। नितनेम रोज करन दे नाल की होगा, बाणी पढ़ने नाल की होगा। सच्चे पातशाह कहन लगे, शामा दा दीवान सी, कहन लगे सवेरे तुसीं साडे नाल चलो, सवेरे इस गल दा जवाब देवांगे तुहानूं। रात त्रेल पई, सर्दियां दे दिन सी, सवेरे दिन चढ़िया, सच्चे पातशाह शिकार खेडन गए, नाल उहनां गुरसिखां नूं आखिया तुसीं वी नाल चलो। थोड़ी दूर अजे पहाड़ियां वल ही जा रहे सन कि वेख्या कि कीरतपुर नगर के बार बार एक भांडा टुटा पिया, उदों मिट्टी के बर्तन होया करते सन, तो काढ़नी टुटी पई ही। काढ़नी नवे बच्चे नूं नहीं पता होएगी, जिहदे विच सारा दिन दुध कढ़दा हुंदा सी, ते बाद दे विच उहदे विचों मलाई भी लाउणी, दुध भी कढ़िया होया, दुध कढ़ लैणा। ਉਹ ਕਾੜਨੀ ਦਾ ਬਰਤਨ ਟੁੱਟਿਆ ਹੋਇਆ ਸੀ ਤੇ ਰਾਤ ਮੀਂਹ ਪਿਆ ਸੀ, ਤਰੇਲ ਪਈ ਸੀ ਤੇ ਉਸ ਤਰੇਲ ਦੀਆਂ ਬੂੰਦਾਂ ਉਹਦੇ ਵਿੱਚ ਸਨ ਤੇ ਸੂਰਜ ਦੇ ਨਾਲ ਚਮਕਦਾ ਪਿਆ ਸੀ। ਉਹ ਜਿਹੜੀ ਟੁਕੜਾ ਸੀ ਉਹ ਚਮਕਦਾ ਪਿਆ ਸੀ, ਤਰੇਲ ਦੀਆਂ ਬੂੰਦਾਂ ਚਮਕਦੀਆਂ ਪਈਆਂ ਸਨ। ਸੱਚੇ ਪਾਤਸ਼ਾਹ ਨੇ ਦੂਰ ਆਖਿਆ ਵੀ ਉਹ ਕੀ ਚਮਕਦਾ ਪਿਆ, ਉਹਨੂੰ ਫੜ ਕੇ ਲਿਆਓ। ਗੁਰਸਿੱਖ ਗਿਆ, ਉਹਨਾਂ ਗੁਰਸਿੱਖਾਂ ਦੇ ਵਿੱਚੋਂ ਗੁਰਸਿੱਖ ਗਿਆ, ਜਾ ਕੇ ਉਹ ਟੁਕੜਾ ਬਰਤਨ ਦਾ ਲੈ ਕੇ ਆਇਆ। ਕਹਿਣ ਲੱਗਾ ਸੱਚੇ ਪਾਤਸ਼ਾਹ ਇਹ ਕਾੜਨੀ ਦਾ ਬਰਤਨ ਹੈ, ਉਹਦਾ ਟੁੱਟਿਆ ਪਿਆ, ਉਹਦੇ ਵਿੱਚੋਂ ਇਹ ਬੂੰਦਾਂ ਲੱਗੀਆਂ, ਉਹਦਾ ਤਿਰਵਰਾ ਜਿਹਾ ਲੱਗਿਆ, ਉਹਦੇ ਉੱਤੇ ਬੂੰਦਾਂ ਲੱਗੀਆਂ, ਉਹ ਚਮਕਦੀਆਂ ਪਈਆਂ ਸੀ। ਸੱਚੇ ਪਾਤਸ਼ਾਹ ਕਹਿਣ ਲੱਗੇ ਕੁਝ ਸਮਝ ਲੱਗੀ ਕਿ ਨਹੀਂ ਲੱਗੀ? ਕਹਿਣ ਲੱਗੇ ਸੱਚੇ ਪਾਤਸ਼ਾਹ ਨਹੀਂ, ਸਮਝ ਨਹੀਂ ਲੱਗੀ। ਕਹਿਣ ਲੱਗੇ ਇੱਕ ਮਿੱਟੀ ਦਾ ਬਰਤਨ ਆ, ਉਹਨੂੰ ਘੁਮਿਆਰ ਨੇ ਚੰਗੀ ਤਰ੍ਹਾਂ ਗੁੰਨਿਆ, ਚੱਕ ਦੇ ਉੱਤੇ ਰੱਖ ਕੇ ਬਣਾਇਆ, ਫਿਰ ਉਹਨੂੰ ਸੇਕ ਦੇ ਵਿੱਚ ਤਪਾਇਆ। ਤਪਾਉਣ ਤੋਂ ਬਾਅਦ ਦੇ ਵਿੱਚ ਇਹ ਜਿੰਨਾ ਚਿਰ ਇਹ ਕਾੜਨੀ ਦਾ ਬਰਤਨ ਰਿਹਾ, ਅੱਗ ਦੇ ਉੱਤੇ ਹੀ ਰਿਹਾ, ਇਹਦੇ ਵਿੱਚ ਰੋਜ਼ ਦੁੱਧ ਪੈਂਦਾ ਰਿਹਾ। ਦੁੱਧ ਪੈਣ ਦੇ ਨਾਲ ਹੋਇਆ ਕਿ ਇਹ ਜਿਹੜਾ ਬਰਤਨ ਸੀ ਇਹਦੇ ਵਿੱਚ ਹੌਲੀ ਹੌਲੀ ਕਰਕੇ ਘਿਓ ਦਾ ਰਸਾ, ਦੁੱਧ ਦਾ ਰਸਾ ਤਿਰਵਰੇ ਦੇ ਰੂਪ ਦੇ ਵਿੱਚ ਇਹਦੇ ਵਿੱਚ ਜੰਮ ਗਿਆ। ਹੁਣ ਜੰਮਣ ਦੇ ਨਾਲ ਕੀ ਹੋਇਆ, ਇਹਦੇ ਵਿੱਚ ਰਚ ਗਿਆ, ਇਹਦੇ ਕਣ ਕਣ ਦੇ ਵਿੱਚ ਉਹ ਚੀਜ਼ ਰਚੀ ਹੋਈ ਹੈ। ਹੁਣ ਜਦੋਂ ਸੂਰਜ ਪਿਆ, ਸੇਕ ਦੇ ਨਾਲ ਉਹ ਬਾਹਰ ਆਇਆ, ਤਿਰਵਰਾ ਬਾਹਰ ਆਇਆ, ਅਤੇ ਬਾਹਰ ਆਉਣ ਦੇ ਨਾਲ ਉਹ ਚਮਕਣਾ ਸ਼ੁਰੂ ਹੋਇਆ। ਕਹਿਣ ਤੋਂ ਭਾਵ ਕਿ ਜਿਹੜਾ ਇੱਕ ਮਿੱਟੀ ਦਾ ਬਰਤਨ ਹੈ ਜਿਹਦੇ ਵਿੱਚ ਕੋਈ ਤਿਰਵਰਾ ਨਹੀਂ ਹੈ, ਜਿਹੜਾ ਕਣ ਕਣ ਸੇਕ ਦੇ ਨਾਲ ਭੱਜ ਕੇ ਫਿਰ ਵੀ ਉਹਦੇ ਆਪਣਾ ਰਸ, ਜਿਹੜਾ ਦੁੱਧ ਹੈ ਉਹ ਆਪਣਾ ਰਸ ਨਹੀਂ ਛੱਡਦਾ ਪਿਆ, ਉਹਦੇ ਵਿੱਚੋਂ ਘਿਓ ਦੇ ਰੂਪ 'ਚ ਨਿਕਲਦਾ ਪਿਆ। ਕਹਿਣ ਤੋਂ ਭਾਵ ਕਿ ਜਿਹੜਾ ਜੇਕਰ ਤੁਸੀਂ ਆਪਣੇ ਜੀਵਨ ਦੇ ਅੰਦਰ ਬਾਣੀ ਰੋਜ਼ ਪੜ੍ਹੋਗੇ, ਨਿਤਨੇਮ ਰੋਜ਼ ਕਰੋਗੇ, ਕੋਈ ਨਾ ਕੋਈ ਕਿਣਕਾ ਤਾਂ ਜੀਵਨ ਦੇ ਵਿੱਚ ਜ਼ਰੂਰ ਵਸੇਗਾ ਹੀ ਨਾ।
ਕੋਈ ਨਾ ਕੋਈ ਕਿਤੇ ਰਹਿਮਤ ਕਿਸੇ ਨਾ ਕਿਸੇ ਰੂਪ ਦੇ ਅੰਦਰ ਤੁਹਾਡੇ ਜੀਵਨ ਦੇ ਵਿੱਚ ਆਵੇਗੀ ਨਾ। ਸਤਿਗੁਰਾਂ ਦੇ ਚਰਨਾਂ 'ਚ ਸਾਰੇ ਢਹਿ ਪਏ, ਕਹਿਣ ਲੱਗੇ ਸੱਚੇ ਪਾਤਸ਼ਾਹ ਤੁਸੀਂ ਕਿਸੇ ਨਾ ਕਿਸੇ ਰੂਪ ਦੇ ਅੰਦਰ ਜ਼ਰੂਰ ਸਾਨੂੰ ਸਮਝਾ ਦਿੰਦੇ ਹੋ। ਕੋਈ ਨਾ ਕੋਈ ਹਰੇਕ ਗੱਲ ਇਤਿਹਾਸ ਦੇ ਵਿੱਚ ਕਿਸੇ ਨਾ ਕਿਸੇ ਰੂਪ 'ਚ ਗੱਲ ਸਮਝਾ ਹੀ ਦਿੰਦੇ ਹੋ ਕਿ ਕਿਹੜਾ ਕੰਮ ਕਿਵੇਂ ਕਰਨਾ ਚਾਹੀਦਾ ਹੈ। ਅਤੇ ਮੇਰੇ ਮਾਲਕ ਉਹੀ ਗੱਲ ਸਾਨੂੰ ਸਮਝਾਉਣ ਲੱਗੇ, ਕਹਿਣ ਲੱਗੇ ਮਾਣਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸਨ। ਕਹਿੰਦਾ ਦੁਨੀਆਦਾਰੀ ਦੇ ਜਿੰਨੇ ਵੀ ਵਸਤੂਆਂ ਨੇ, ਹੀਰੇ ਜਵਾਹਰਾਤ ਮਾਣਕ ਮੋਤੀ ਨੇ, ਇਹਨਾਂ ਨੂੰ ਕੋਈ ਚੋਰ ਚੋਰੀ ਕਰਕੇ ਖੜ ਸਕਦਾ ਹੈ, ਕੋਈ ਇਹਨਾਂ ਨੂੰ ਲੁਟੇਰਾ ਲੁੱਟ ਸਕਦਾ ਹੈ, ਕੋਈ ਡਕੈਤ ਇਹਨਾਂ ਨੂੰ ਡਾਕਾ ਮਾਰ ਕੇ ਲਿਜਾ ਸਕਦਾ ਹੈ, ਲੇਕਿਨ ਪ੍ਰਭੂ ਪਰਮਾਤਮਾ ਦਾ ਜਿਹੜਾ ਨਾਮ ਹੈ ਨਾ, ਇਹ ਕੋਈ ਨਹੀਂ ਖੜ ਸਕਦਾ। ਇਹ ਜਿੰਨਾ ਤੁਸੀਂ ਜਪੋਗੇ ਉਹਨਾਂ ਤੁਹਾਡੇ ਕੋਲ ਹੀ ਹੈ, ਇਹ ਦੂਣ ਸੁਆਇਆ ਹੋਣਾ ਆ। ਜਿੰਨਾ ਤੁਸੀਂ ਆਪ ਜਪੋ, ਅਵਰਾ ਨਾਮ ਜਪਾਓ ਦੀ ਗੱਲ ਹੈ, ਜਿੰਨਾ ਦੂਜਿਆਂ ਨੂੰ ਜਪਾਉਣ ਦੀ ਕੋਸ਼ਿਸ਼ ਕਰੋਗੇ ਨਾ, ਦੂਜੇ ਧਨ ਵੰਡੀਏ ਤੇ ਘਟਦੇ ਆ, ਇਹ ਜਿੰਨਾ ਵੰਡਾਂਗੇ ਉਹਨਾਂ ਵਾਧਾ ਆ। ਜਿੰਨਾ ਆਪ ਜਪਾਂਗੇ, ਦੂਜਿਆਂ ਨੂੰ ਜਪਾਉਣ ਦੀ ਕੋਸ਼ਿਸ਼ ਕਰਾਂਗੇ ਨਾ, ਇਹ ਓਨਾ ਹੀ ਵੱਧਦਾ ਜਾਂਦਾ ਆ, ਇਹ ਦੁੱਗਣਾ ਤਿਗਣਾ ਵੱਧਦਾ ਹੈ। ਜਿਹੋ ਕਦੀ ਕਿਸੇ ਟੀਚਰ ਦੀ ਜਾਂ ਕਿਸੇ ਮਾਸਟਰ ਦੀ ਪੜ੍ਹਾਈ ਕਦੀ ਘਟੀ ਹੈ? ਕਿੰਨੇ ਬੱਚੇ ਉਹਨਾਂ ਕੋਲ ਪੜ੍ਹ ਕੇ ਚੱਲ ਜੇ, ਕੋਈ ਡਾਕਟਰ ਇੰਜੀਨੀਅਰ ਬਣ ਰਹੇ ਨੇ, ਕੋਈ ਜੱਜ ਬਣ ਰਹੇ ਨੇ, ਕੋਈ ਪਾਇਲਟ ਬਣ ਰਹੇ ਨੇ, ਕਦੀ ਕਿਸੇ ਮਾਸਟਰ ਦੀ ਪੜ੍ਹਾਈ ਘਟੀ ਹੈ? ਵੱਧਦੀ ਹੈ। ਸਾਹਿਬ ਕਹਿਣ ਲੱਗੇ ਪ੍ਰਭੂ ਪਰਮਾਤਮਾ ਦਾ ਨਾਮ ਜਿਹੜਾ ਇਹ ਵੱਧਦਾ ਹੀ ਵੱਧਦਾ ਹੈ, ਜਿੰਨਾ ਜਪੋਗੇ ਉਨਾ ਹੋਰ ਵੱਧਦਾ ਜਾਵੇਗਾ। ਤੇ ਰੰਗ ਸਭੇ ਨਾਰਾਇਣ ਜੇਤੇ ਮਨ ਭਵਨ। ਅਰੇ ਜਿੰਨੇ ਵੀ ਤੁਸੀਂ ਸੋਚਦੇ ਹੋ ਨਾ ਕਿ ਸਾਡੇ ਜੀਵਨ ਦੇ ਅੰਦਰ ਰੂਪ ਬਦਲਦੇ ਪਏ ਨੇ, ਰੰਗ ਬਦਲਦੇ ਪਏ ਨੇ, ਦੁਨੀਆਦਾਰੀ ਬਦਲਦੀ ਪਈ ਹੈ, ਇਹ ਪਰਮਾਤਮਾ ਦੇ ਰੰਗ ਨੇ। ਇਹ ਜਿੱਦਾਂ ਜਿੱਦਾਂ ਦੇ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਜੀਵਨ ਦੇ ਅੰਦਰ, ਉਦਾਂ ਉਦਾਂ ਹੋ ਰਿਹਾ ਹੈ। ਰੰਗ ਸਭੇ ਨਾਰਾਇਣ ਜੇਤੇ ਮਨ ਪਵਨ, ਇਹ ਸਾਡੇ ਮਨ ਨੂੰ ਚੰਗੇ ਲੱਗਦੇ ਨੇ, ਲੇਕਿਨ ਜੇਕਰ ਪ੍ਰਭੂ ਪਰਮਾਤਮਾ ਦੇ ਨਾਮ ਦਾ ਰੰਗ ਸਾਡੇ ਜੀਵਨ ਦੇ ਵਿੱਚ ਚੜ ਗਿਆ ਨਾ, ਪਰਮਾਤਮਾ ਦਾ ਰੰਗ ਇਹੋ ਜਿਹਾ ਰੰਗ ਹੈ, ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵਡ ਭਾਗਾ, ਮੈਲਾ ਕਦੇ ਨਾ ਹੋਵੇ ਹੀ ਨਾ ਲਾਗੇ ਦਾਗਾ। ਪਰਮਾਤਮਾ ਦਾ ਨਾਮ ਦਾ ਰੰਗ ਜੇ ਛੜ ਗਿਆ ਤੇ ਉਹ ਉਤਰਦਾ ਹੀ ਨਹੀਂ, ਉਹ ਇਹੋ ਜਿਹਾ ਆਨੰਦ ਵਾਲਾ ਰੰਗ ਹੈ ਕਿ ਉਹ ਤੇ ਉਠਤ ਬੈਠਤ ਹਰ ਹਰ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ। ਉਹ ਤੇ ਤੱਤੀ ਤਵੀ ਦੇ ਉੱਤੇ ਬੈਠ ਕੇ ਵੀ ਤੇਰਾ ਕੀ ਆ ਮਿੱਠਾ ਲੱਗਿਆ ਨਾਮ ਪਦਾਰਥ ਨਾਨਕ ਮੰਗਿਆ। ਉਹ ਤੇ ਆਰੇ ਨਾਲ ਚੀਰੀਆਂ ਵੀ, ਬੰਦ ਬੰਦ ਕੱਟੀਆਂ ਵੀ, ਦੇਗਾਂ ਵਿੱਚ ਉਬਲਦਿਆਂ ਵੀ ਉਹਦਾ ਰੰਗ ਚੜਿਆ ਰਹਿੰਦਾ, ਉਹ ਨਹੀਂ ਰੰਗ ਉਤਰਦਾ। ਤੇ ਜਦੋਂ ਉਹਦਾ ਰੰਗ ਚੜ ਜਾਂਦਾ ਫਿਰ ਸਾਹਿਬ ਕਹਿੰਦਾ ਜੋ ਹਰ ਲੋੜੇ ਆਪਣਾ, ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ। ਫਿਰ ਪਰਮਾਤਮਾ ਦੇ ਹੁਕਮ ਦੇ ਵਿੱਚ ਉਹ ਹੋ ਜਾਂਦੇ ਨੇ ਜੀਵ, ਜਿਹੜੇ ਪਰਮਾਤਮਾ ਦਾ ਨਾਮ ਜਪਦਿਆਂ ਜਪਦਿਆਂ ਉਹਦੇ ਵਿੱਚ ਅਭੇਦ ਹੋ ਜਾਂਦੇ ਨੇ। ਫਿਰ ਜੋ ਉਹ ਪਰਮਾਤਮਾ ਕਹਿੰਦਾ ਫਿਰ ਉਹ ਜੀਵ ਉਸੇ ਤਰੀਕੇ ਦੇ ਨਾਲ ਹੀ ਕਰਦੇ ਨੇ, ਅਤੇ ਜਦੋਂ ਉਸੇ ਤਰੀਕੇ ਦੇ ਨਾਲ ਕਰਦੇ ਨੇ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਤਨ, ਜਿਹੜੇ ਉਸ ਤਰੀਕੇ ਨਾਲ ਕਰਦੇ ਨੇ ਨਾ, ਫਿਰ ਪੂਰੀ ਕਾਇਨਾਤ ਆਖਦੀ ਹੈ ਕਿ ਧਨ ਹੈ। ਹੁਣ ਬਾਬਾ ਦੀਪ ਸਿੰਘ ਹੁਣਾਂ ਨੂੰ ਸਾਰੀ ਕਾਇਨਾਤ ਆਖਦੀ ਹੈ ਕਿ ਧੰਨ ਬਾਬਾ ਦੀਪ ਸਿੰਘ, ਧੰਨ ਬਾਬਾ ਬੁੱਢਾ ਜੀ, ਧੰਨ ਭਾਈ ਮਨੀ ਦਾਸ ਜੀ, ਭਾਈ ਮਤੀ ਦਾਸ ਜੀ, ਉਹਨਾਂ ਨੂੰ ਧੰਨ ਹੀ ਆਖਦੇ ਨੇ, ਕਿਉਂਕਿ ਉਹਨਾਂ ਨੇ ਜੋ ਕੀਤਾ ਹੈ ਉਹ ਪਰਮਾਤਮਾ ਦੇ ਹੁਕਮ ਦੇ ਵਿੱਚ ਕੀਤਾ ਹੈ। ਚਾਰ ਸਾਹਿਬਜ਼ਾਦਿਆਂ ਨੇ ਜੋ ਕੀਤਾ, ਉਹਨਾਂ ਬੀਬੀਆਂ ਨੇ ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ ਦੇ ਵਿੱਚ ਹਾਰ ਪਵਾ ਲਏ, ਅੱਜ ਉਹਨਾਂ ਨੂੰ ਅਸੀਂ ਧੰਤਾ ਦੇ ਯੋਗ ਆਖਦੇ ਹਾਂ, ਕਿਉਂਕਿ ਉਹਨਾਂ ਕੁਰਬਾਨੀਆਂ ਕੀਤੀਆਂ ਕਰਕੇ ਆਪਣੇ ਜੀਵਨ ਧੰਤਾ ਦੇ ਯੋਗ ਬਣਾ ਲਏ। ਅੱਜ ਜਿੱਥੇ ਵੀ ਅਰਦਾਸ ਹੁੰਦੀ ਹੈ ਅੱਜ ਉਹਨਾਂ ਦਾ ਨਾਂ ਲਿਆ ਜਾਂਦਾ ਹੈ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਤਾਨੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਏ। ਕਿਉਂ ਉਹਨਾਂ ਨੂੰ ਲਿਆ? ਕਿਉਂਕਿ ਉਹਨਾਂ ਧੰਤਾ ਦੇ ਯੋਗ ਕਾਰਜ ਕੀਤੇ ਨੇ।
ਧੰਤਾ ਦੇ ਯੋਗ ਕੰਮ ਕੀਤੇ ਨੇ, ਅੱਜ ਤਾਂ ਉਹਨਾਂ ਨੂੰ ਧੰਨ ਆਖਿਆ ਜਾਂਦਾ ਹੈ। ਸਾਹਿਬ ਕਹਿਣ ਲੱਗੇ, ਸਹੀ ਕਹੀਐ ਧੰਨ ਆਪਣ ਲੀਆ ਜੇ ਮਿਲੈ ਵਿਛੜ ਕਿਉਂ ਰੋਵਨ। ਆਪਣ ਲੀਆ ਜੇ ਮਿਲੈ, ਜੇਕਰ ਪ੍ਰਭੂ ਪਰਮਾਤਮਾ ਨੂੰ ਧਿਆਇਆ ਨਾ, ਪਰਮਾਤਮਾ ਨੂੰ ਸਿਮਰਿਆ ਨਾ, ਸਿਰਫ ਆਪਣੇ ਵਾਸਤੇ ਜੀਵਨ ਜੀਆ, ਤੇ ਜੇ ਰੋਂਦਾ ਰਿਹਾ ਫਿਰ ਕੀ ਫਾਇਦਾ ਹੋਇਆ ਤੇਰਾ? ਫਿਰ ਹਰ ਥਾਂ ਦੇ ਉੱਤੇ ਤੇਰੇ ਜੀਵਨ ਦੇ ਅੰਦਰ ਰੋਣਾ ਪਿੱਟਣਾ ਪਿਆ ਰਿਹਾ, ਫਿਰ ਤੈਨੂੰ ਕੁਛ ਪ੍ਰਾਪਤ ਨਹੀਂ ਹੋਣਾ। ਤੇ ਜੇ ਪ੍ਰਾਪਤ ਕਰਨਾ ਚਾਹੁੰਦਾ ਹੈ ਤੇ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ, ਜੇਕਰ ਤੂੰ ਚਾਹੁੰਦਾ ਹੈ ਮੈਨੂੰ ਕੁਝ ਮਿਲ ਜਾਵੇ ਤੇ ਸਾਧੂਆਂ ਦੀ ਸੰਗਤ ਕਰਿਆ ਕਰ, ਗੁਰਸਿੱਖਾਂ ਦੀ ਸੰਗਤ ਕਰਿਆ ਕਰ, ਗੁਰੂ ਦੇ ਦਰ ਦੇ ਉੱਤੇ ਆਇਆ ਕਰ। ਸਾਧੂ ਸੰਗ ਪ੍ਰਾਪਤੇ, ਜੋ ਵੀ ਕੁਝ ਮਿਲਣਾ ਹੈ ਸਤਸੰਗਤ ਦੇ ਵਿੱਚੋਂ ਮਿਲਣਾ, ਬਾਹਰੋਂ ਕਿਤਿਓਂ ਨਹੀਂ ਮਿਲਣਾ। ਕਿਤਿਓਂ ਮੜੀ ਮਸਾਣ ਡਿੰਬੀਆਂ ਪਖੰਡੀਆਂ ਕਿਸੇ ਥਾਂ ਦੇ ਜਿੱਥੇ ਮਰਜ਼ੀ ਭੱਜ ਲਾ, ਕਿਤਿਓਂ ਵੀ ਇੱਕ ਕਿਣਕਾ ਨਹੀਂ ਪ੍ਰਾਪਤ ਹੋਣ ਵਾਲਾ। ਦੇਖੋ ਦੁਨੀਆਦਾਰੀ ਦੇ ਵਿੱਚ ਸਪਸ਼ਟ ਤੌਰ ਦੇ ਉੱਤੇ ਦੇਖ ਲਓ, ਦੁਨੀਆਦਾਰੀ ਕੋਈ ਚੀਜ਼ ਕਿਸੇ ਨੂੰ ਦੇ ਦੂਗਾ? ਬਿਲਕੁਲ ਕੋਈ ਨਹੀਂ ਕਿਸੇ ਨੂੰ ਦਿੰਦਾ। ਜੜਾ ਵੀ ਦੇਵੇਗਾ ਮਤਲਬ ਵਾਸਤੇ ਦੇਵੇਗਾ, ਔਰ ਕੁਝ ਸਮੇਂ ਵਾਸਤੇ ਦੇਵੇਗਾ, ਫਿਰ ਮੰਗ ਲਊਗਾ ਕਿ ਲਿਆ ਮਿੱਤਰਾ ਦੇ ਮੈਨੂੰ ਚੀਜ਼, ਮੇਰੇ ਹੱਥੋਂ ਤੋਂ 10,000-20,000 ਲੱਖ ਰੁਪਇਆ ਲਿਆ, ਹੁਣ ਮੈਨੂੰ ਲੋੜ ਹੈ ਦੇ ਦੇ ਵਾਪਸ। ਨਾਲ ਵਿਆਜ ਵੀ ਲਵੇਗਾ ਵੀ ਮਿਲਿਆ ਮੈਨੂੰ ਦੇ ਹੁਣ। ਦੁਨੀਆਦਾਰੀ ਦੇ ਅੰਦਰ ਕੋਈ ਕਿਸੇ ਨੂੰ ਕੁਝ ਨਹੀਂ ਜੇ ਦੇ ਸਕਦਾ, ਜੇ ਦੇ ਸਕਦਾ ਤੇ ਇੱਕ ਅਕਾਲ ਪੁਰਖ ਵਾਹਿਗੁਰੂ ਪ੍ਰਭੂ ਪਰਮਾਤਮਾ ਹੀ ਉਹ ਸਾਰਿਆਂ ਨੂੰ ਦਾਤਾਂ ਦਿੰਦਾ ਹੈ। ਉਹ ਦੇ ਕੇ ਮੰਗਦਾ ਵੀ ਨਹੀਂ, ਉਹਦੇ ਆਖਦਾ ਹੈ ਕਿ ਮੈਂ ਤੈਨੂੰ ਦੂਣ ਸੁਆਇਆ ਕਰ ਦੂੰਗਾ, ਤੂੰ ਮੇਰਾ ਹੋ ਕੇ ਰਹਿ, ਜੇ ਤੂੰ ਮੇਰਾ ਹੋ ਰਹਿ ਸਭ ਜਗ ਤੇਰਾ ਹੋਏ, ਦਿੰਦਾ ਦੇ ਲੈਂਦੇ ਥੱਕ ਪਾਏ ਜੁਗਾ ਜੁਗੰਤਰ ਖਾਹੀ ਖਾਹੇ, ਮੰਗੀ ਜਾ ਕੋਈ ਗੱਲ ਨਹੀਂ ਮੈਂ ਤੈਨੂੰ ਦੇਵਾਂਗਾ, ਪਰ ਮੇਰਾ ਹੋ ਕੇ ਰਹਿ। ਜੇ ਤੂੰ ਮੇਰਾ ਹੋ ਕੇ ਰਵੇਂਗਾ ਬਖਸ਼ਿਸ਼ਾਂ ਦੀ ਤਾਂ ਕੋਈ ਗੱਲ ਹੀ ਨਹੀਂ, ਜੋ ਮੰਗੇਗਾ ਤੈਨੂੰ ਦੇਵਾਂਗਾ। ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ, ਅਤੇ ਸਤਸੰਗਤ ਕਰਿਆ ਕਰ, ਪ੍ਰਭੂ ਪਰਮਾਤਮਾ ਦਾ ਨਾਮ ਜਪਿਆ ਕਰ, ਨਾਮ ਦੇ ਵਿੱਚ ਤੂੰ ਰੰਗਿਆ ਜਾਵੇਂਗਾ। ਜਦੋਂ ਤੂੰ ਨਾਮ ਦੇ ਵਿੱਚ ਰੰਗਿਆ ਗਿਆ ਤੇ ਫਿਰ ਕੀ ਹੋਏਗਾ? ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕੈ ਭਾਗ ਮਥਨ। ਅਤੇ ਹਰੀ ਪ੍ਰਭੂ ਪਰਮਾਤਮਾ ਜਿਹੜਾ ਵੱਡਾ ਜੇਠ ਹੈ ਨਾ, ਅਕਾਲ ਪੁਰਖ ਵਾਹਿਗੁਰੂ, ਹਰ ਜੇਠ ਰੰਗੀਲਾ ਤਿਸ ਧਣੀ, ਅਤੇ ਉਸ ਪਰਿਪੂਰਨ ਪ੍ਰਭੂ ਪਰਮਾਤਮਾ ਜਿਹੜਾ ਸਾਰਿਆਂ ਦਾ ਮਾਲਕ ਹੈ, ਸਾਰਿਆਂ ਖਜ਼ਾਨਿਆਂ ਦਾ ਮਾਲਕ ਹੈ, ਸਾਰਿਆਂ ਨੂੰ ਦਾਤਾਂ ਦੇਵਣ ਵਾਲਾ ਹੈ, ਜਿਸ ਕੈ ਭਾਗ ਮਥਨ, ਜਿਹੜਾ ਉਹਦੇ ਦਰ ਦੇ ਉੱਤੇ ਆਣ ਕੇ ਉਹਦੇ ਪ੍ਰਵਾਨ ਹੋ ਗਿਆ ਨਾ, ਉਹਨੂੰ ਕਿਸੇ ਗੱਲ ਦੀ ਕੋਈ ਕਮੀ ਨਹੀਂ ਰਹਿੰਦੀ। ਅਤੇ ਆਮ ਤੌਰ ਦੇ ਉੱਤੇ ਜਿਹਨੇ ਕਿਸੇ ਰਾਜੇ ਦੇ ਵਸੀਹ ਕਰ ਦਿੱਤੀ ਜਿਸ ਨੇ, ਉਹਨੂੰ ਫਿਰ ਕਿਸੇ ਗੱਲ ਦੀ ਕੋਈ ਕਮੀ ਥੋੜ੍ਹੀ ਰਹਿ ਜਾਏਗੀ। ਹੁਣ ਭਾਈ ਲਹਿਣਾ ਜੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰ ਦੇ ਉੱਤੇ ਝੁੱਕ ਕੇ ਆਣ ਕੇ 7 ਸਾਲ ਸੇਵਾ ਕੀਤੀ, ਦਿਨ ਰਾਤ ਸੇਵਾ ਕੀਤੀ, ਲੇਕਿਨ ਜਦੋਂ ਮੱਥੇ ਦੇ ਉੱਤੇ ਭਾਗ ਮਥਨ, ਮੱਥੇ ਦੇ ਵੱਡੇ ਭਾਗ ਲਿਖ ਦਿੱਤੇ, ਗੁਰਿਆਈ ਦੀ ਬਖਸ਼ਿਸ਼ ਕਰ ਦਿੱਤੀ, ਤੇ ਗੁਰੂ ਅੰਗਦ ਦੇਵ ਜੀ ਨੂੰ ਕੋਈ ਕਮੀ ਥੋੜ੍ਹੀ ਰਹਿ ਗਈ। ਫਿਰ ਉਹ ਚਵਰ ਛਤਰ ਤਖਤ ਦੇ ਮਾਲਕ ਬਣ ਗਏ ਗੁਰੂ ਅਮਰਦਾਸ ਜੀ ਮਹਾਰਾਜ ਜੀ। ਜਦੋਂ ਉਹਨਾਂ ਦੇ ਦਰ ਦੇ ਉੱਤੇ ਸੇਵਾ 22 ਸਾਲ ਸੇਵਾ ਕੀਤੀ, ਜਿਸ ਦਿਨ ਉਹਨਾਂ ਦੇ ਵੱਡੇ ਭਾਗ ਕਰ ਦਿੱਤੇ, ਮੱਥੇ ਦੇ ਵੱਡੇ ਭਾਗ ਕਰ ਦਿੱਤੇ, ਕੋਈ ਕਮੀ ਥੋੜ੍ਹੀ ਰਹਿਣ ਦਿੱਤੀ। ਕਹਿਣ ਤੋਂ ਭਾਵ ਕਿ ਜਦੋਂ ਅਸੀਂ ਗੁਰੂ ਵਾਲੇ ਬਣ ਜਾਵਾਂਗੇ, ਗੁਰੂ ਦੇ ਦਰ ਦੇ ਉੱਤੇ ਆਣ ਕੇ ਝੁੱਕ ਜਾਵਾਂਗੇ, ਗੁਰੂ ਇੰਨੀਆਂ ਰਹਿਮਤਾਂ ਸਾਡੇ ਜੀਵਨ ਦੇ ਅੰਦਰ ਬਖਸ਼ਿਸ਼ਾਂ ਕਰ ਦੇਵੇਗਾ, ਸਾਨੂੰ ਕੋਈ ਕਮੀ ਨਹੀਂ ਰਹਿਣ ਦੇਵੇਗਾ, ਉਹ ਸਾਡਾ ਫਿਰ ਪ੍ਰਭੂ ਪਰਮਾਤਮਾ ਆਪਣੇ ਦਰ ਦੇ ਉੱਤੇ ਪ੍ਰਵਾਨ ਕਰ ਲਵੇਗਾ। ਫਿਰ ਸਾਡਾ ਜੇਠ ਦਾ ਮਹੀਨਾ ਜਿਹੜਾ ਹੈ ਸ਼ੋਭਨੀਕ ਬਣੇਗਾ, ਜਦੋਂ ਅਸੀਂ ਗੁਰੂ ਵਾਲੇ ਬਣ ਜਾਵਾਂਗੇ, ਗੁਰੂ ਦੇ ਦਰ ਦੇ ਉੱਤੇ ਆਣ ਕੇ ਪ੍ਰਵਾਨ ਹੋ ਜਾਵਾਂਗੇ। ਜਿਸ ਦਿਨ ਪ੍ਰਵਾਨ ਹੋਏ, ਜਿਸ ਦਿਨ ਗੁਰੂ ਵਾਲੇ ਬਣੇ, ਉਸ ਦਿਨ ਜ਼ਿੰਮੇਵਾਰੀ ਗੁਰੂ ਦੀ ਹੋ ਜਾਏ।
ਗੁਰੂ ਨੇ ਉਸ ਦਿਨ ਤੋਂ ਆਪਣਾ ਬਣਾ ਲੈਣਾ। ਜਦੋਂ ਗੁਰੂ ਵਾਲੇ ਬਣ ਗਏ ਫਿਰ ਸਾਨੂੰ ਕਿਸੇ ਹੋਰ ਬਣੇ ਦੀ ਝਾਕ ਨਹੀਂ ਰਹਿ ਜਾਣੀ, ਫਿਰ ਸਾਨੂੰ ਥਾਂ ਥਾਂ ਦੇ ਉੱਤੇ ਭਟਕਣ ਦੀ ਲੋੜ ਨਹੀਂ ਰਹਿ ਜਾਣੀ। ਜਿਸ ਦਿਨ ਗੁਰੂ ਵਾਲੇ ਬਣ ਗਏ ਬਖਸ਼ਿਸ਼ਾਂ ਸਾਡੇ ਜੀਵਨ ਦੇ ਅੰਦਰ ਆਪਣੇ ਆਪ ਆਉਣੀਆਂ ਸ਼ੁਰੂ ਹੋ ਜਾਣਗੀਆਂ। ਪਿਛਲਾ ਮਹੀਨਾ ਵਿਸਾਖੀ ਦਾ ਸੀ, ਬਹੁਤ ਗੁਰਸਿੱਖਾਂ ਨੇ ਵਿਸਾਖੀ ਦੇ ਦਿਹਾੜੇ 'ਤੇ ਗੁਰੂ ਵਾਲੇ ਬਣੇ, ਅੰਮ੍ਰਿਤ ਛਕਿਆ, ਖੰਡੇ ਬਾਟੇ ਦਾ ਪਾਹੁਲ ਪ੍ਰਾਪਤ ਕੀਤੇ। ਸੋ ਜਿਨ੍ਹਾਂ ਦਾ ਨਹੀਂ ਸੀ ਮਨ ਬਣਿਆ, ਜਿਹੜੇ ਨਹੀਂ ਸਨ ਅੰਮ੍ਰਿਤ ਛਕੇ, ਜਿਨ੍ਹਾਂ ਨੇ ਉਹ ਜੇਕਰ ਗੁਰੂ ਵਾਲੇ ਬਣਨਾ ਚਾਹੁੰਦੇ ਨੇ ਤੇ ਪੰਚਮ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਜੋ ਸ਼ਹੀਦੀ ਪੁਰਬ 3 ਜੂਨ ਨੂੰ ਆ ਰਿਹਾ ਹੈ, ਲੇਕਿਨ ਉਹਨਾਂ ਦੇ ਸ਼ਹਾਦਤ ਨੂੰ ਸਮਰਪਿਤ 21 ਮਈ ਨੂੰ, ਭਾਵ ਕਿ ਜਿਵੇਂ ਅੱਜ 14 ਤਰੀਕ ਹੋ ਗਈ ਹੈ, ਅਗਲੇ ਸ਼ਨੀਵਾਰ ਨੂੰ ਗੁਰਦੁਆਰਾ ਅਚਲ ਸਾਹਿਬ ਵਿਖੇ ਖੰਡੇ ਬੱਟ ਦਾ ਅੰਮ੍ਰਿਤ ਛਕਾਇਆ ਜਾ ਰਿਹਾ ਹੈ। ਸੋ ਜਿਨ੍ਹਾਂ ਨੇ ਵੀ ਗੁਰੂ ਵਾਲੇ ਬਣਨਾ ਹੈ, ਜਿਹੜੇ ਚਾਹੁੰਦੇ ਨੇ ਕਿ ਕਲਗੀਆਂ ਵਾਲੇ ਦੇ ਜਹਾਜ਼ ਦੇ ਉੱਤੇ ਚੜ੍ਹ ਜਾਈਏ, ਜਿਹੜੇ ਚਾਹੁੰਦੇ ਨੇ ਕਲਗੀਆਂ ਵਾਲਾ ਸਾਡੀ ਬਾਂਹ ਫੜ ਲਵੇ, ਜਿਹੜੇ ਇਹ ਸੋਚਦੇ ਨੇ ਕਿ ਕਲਗੀਆਂ ਵਾਲੇ ਪਾਤਸ਼ਾਹ ਨੇ ਆਪਣਾ ਸਰਬੰਸ ਸਾਡੇ ਵਾਸਤੇ ਵਾਰਿਆ ਹੈ, ਆਪਣੇ ਜੀਵਨ ਨੂੰ ਕੁਝ ਸਿੱਧੇ ਮਾਰਗ ਦੇ ਉੱਤੇ ਪਾਉਣਾ ਚਾਹੁੰਦੇ ਹਾਂ ਤੇ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੀਏ, ਤਾਂ ਕਿ ਕਲਗੀਆਂ ਵਾਲੇ ਪਾਤਸ਼ਾਹ ਦੇ ਦਰ ਦੇ ਉੱਤੇ ਮੁੱਖ ਉਜਲਾ ਕਰਕੇ ਜਾਣ ਦੇ ਯੋਗ ਹੋ ਸਕੀਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਟਾ ਰਹਿਤ ਫ੍ਰੀ ਕਕਾਰ ਵੀ ਦਿੱਤੇ ਜਾਣਗੇ। ਸੋ ਜਿਨ੍ਹਾਂ ਨੇ ਵੀ ਅੰਮ੍ਰਿਤ ਛਕਣਾ ਹੋਵੇ ਉਹ ਬਾਬਾ ਜੀ ਹੋਰਾਂ ਨੂੰ ਨਾਮ ਹੀ ਲਿਖਵਾ ਸਕਦੇ ਨੇ। 10 ਵਜੇ ਤੱਕ ਕੇਸ਼ੀ ਇਸ਼ਨਾਨ ਕਰਕੇ ਗੁਰਦੁਆਰਾ ਅਚਲ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ, ਤਾਂ ਕਿ ਅਕਾਲ ਤਖ਼ਤ ਤੋਂ ਆਏ ਹੋਏ 5 ਪਿਆਰੇ ਸਾਹਿਬਾਨ ਉਹ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਸੰਗਤਾਂ ਨੂੰ ਅੰਮ੍ਰਿਤ ਦੀ ਦਾਤ ਦੇਣਗੇ। ਸੋ ਗੁਰੂ ਇੱਕ ਗੱਲ ਪੱਕੇ ਤੌਰ ਦੇ ਉੱਤੇ ਸਮਝ ਲੈਣਾ ਕਿ ਗੁਰੂ ਤੋਂ ਬਗੈਰ ਸਾਡਾ ਪਾਰ ਉਤਾਰਾ ਨਹੀਂ ਹੋਣਾ। ਜੇਕਰ ਅਸੀਂ ਦੇਖੋ ਵੱਖ ਵੱਖ ਧਰਮਾਂ ਵਾਲਿਆਂ ਨੂੰ ਵੱਖ ਵੱਖ ਧਰਮ ਮੁਬਾਰਕ, ਜੇਕਰ ਇੱਕ ਮੁਸਲਮਾਨ ਹੈ ਉਸਨੂੰ ਸੁਨਤ ਕਰਾਉਣੀ ਪੈਂਦੀ ਹੈ, ਜੇਕਰ ਕੋਈ ਹਿੰਦੂ ਹੈ ਤਾਂ ਉਸਨੂੰ ਜੰਜੂ ਪਹਿਨਣਾ ਪੈਂਦਾ ਹੈ, ਜੇਕਰ ਕੋਈ ਈਸਾਈ ਹੈ ਉਹਨੂੰ ਬਤਿਸਮਾ ਲੈਣਾ ਪੈਂਦਾ ਹੈ, ਲੇਕਿਨ ਜੇਕਰ ਸਿੱਖ ਹਾਂ, ਨਾਂ ਦੇ ਅੱਗੇ ਸਿੰਘ ਜਾਂ ਕੌਰ ਹੈ ਲੱਗਾ ਹੋਇਆ, ਉਨੀ ਦੇਰ ਤੱਕ ਉਹ ਸਿੱਖ ਨਹੀਂ ਹੈ ਜਿੰਨੀ ਦੇਰ ਤੱਕ ਉਹ ਅੰਮ੍ਰਿਤ ਨਹੀਂ ਛਕਦਾ। ਨਾਂ ਅੱਗੇ ਬੇਸ਼ੱਕ ਸਿੰਘ ਜਾਂ ਕੌਰ ਲੱਗਾ ਹੋਏ ਵੱਖਰੀ ਗੱਲ ਹੈ, ਲੇਕਿਨ ਉਨੀ ਦੇਰ ਤੱਕ ਅਸੀਂ ਸਿੱਖ ਨਹੀਂ ਬਣਨਾ ਜਦੋਂ ਤੱਕ ਅਸੀਂ ਅੰਮ੍ਰਿਤ ਨਹੀਂ ਛਕਦੇ। ਸੋ ਗੁਰੂ ਵਾਲੇ ਬਣ ਕੇ ਗੁਰੂ ਦੇ ਦਰ ਦੇ ਉੱਤੋਂ ਲਾਹਾ ਪ੍ਰਾਪਤ ਲਈਏ। ਦੇਖੋ ਅੰਮ੍ਰਿਤ ਛਕਣ ਨਾਲ ਕੁਝ ਘਟਣਾ ਨਹੀਂ ਹੈ, ਜੀਵਨ ਦੇ ਅੰਦਰ ਵਧਣਾ ਹੀ ਹੈ, ਗੁਰੂ ਦੇ ਦਰ ਦੇ ਉੱਤੇ ਸਾਡੀ ਐਡਮਿਸ਼ਨ ਹੋਣੀ ਹੈ। ਸੋ ਵੱਧ ਤੋਂ ਵੱਧ ਗੁਰੂ ਵਾਲੇ ਬਣ ਕੇ ਲਾਹਾ ਪ੍ਰਾਪਤ ਕਰੋ। ਸੋ ਉਸ ਪ੍ਰਭੂ ਪਰਮਾਤਮਾ ਦਾ ਹਰ ਜੇਠ ਜੁੜਨ ਦਾ ਲੋੜ ਹੀ ਹੈ, ਜਿਸ ਅੱਗੇ ਸਭ ਨਿਵਾਨ, ਉਸ ਪ੍ਰਭੂ ਪਰਮਾਤਮਾ ਦੇ ਦਰੋਂ ਘਰੋਂ ਬਖਸ਼ਿਸ਼ਾਂ ਲੈਣ ਵਾਸਤੇ ਜੇਕਰ ਅਸੀਂ ਦਾਤਾਂ ਚਾਹੁੰਦੇ ਹਾਂ ਤਾਂ ਗੁਰੂ ਵਾਲੇ ਬਣ ਕੇ ਗੁਰੂ ਦੇ ਦਰ ਦੇ ਉੱਤੇ ਰੋਜ਼ਾਨਾ ਆਇਆ ਕਰੀਏ, ਤਾਂ ਕਿ ਲਾਹਾ ਹੀ ਲਾਹਾ ਪ੍ਰਾਪਤ ਹੋ ਸਕੇ। ਸੋ ਇੰਨੀਆਂ ਬੇਨਤੀਆਂ ਕਰਦਿਆਂ ਹੋਇਆਂ, ਗੁਰਬਾਣੀ ਦੀ ਵਿਚਾਰ ਕਰਦਿਆਂ ਹੋਇਆਂ, ਬੇਅੰਤ ਫੁੱਲਾਂ ਚੁੱਕਾਂ ਹੁੰਦੀਆਂ ਨੇ, ਗੁਰੂ ਅਤੇ ਸੰਗਤ ਬਖਸ਼ਣ ਯੋਗ ਹੈ, ਫੁੱਲ ਚੁੱਕਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।